ਗੁਰੂ ਘਰਾਂ ਦੇ ਵਿੱਚ ਕਬਜ਼ੇ ਹੋਣੇ ਸ਼ੁਰੂ ਹੋ ਜਾਣਗੇ ਜਿਸ ਤਰੀਕੇ ਨਾਲ ਮਾਨਸ ਰੋਹਰ ਪਥ ਗੁਰੂ ਘਰ ਦੇ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਮੁਹਿੰਮ ਨਾ ਰੁਕੀ ਗਈ ਆਉਣ ਵਾਲੇ ਸਮੇਂ ਤੇ ਸਾਰੀਆਂ ਸਿੰਘ ਸੁਭਾਵਾਂ ਸਾਰੇ ਗੁਰੂ ਘਰਾਂ ਵਿੱਚ ਇਹੀ ਮੁਹਿੰਮ ਚੱਲਣਗੀਆਂ ਜਿਹਦਾ ਵਿਰੋਧ ਕਰਨਾ ਮੁਸ਼ਕਿਲ ਹੋ ਜਾਏਗੀ ਇੱਕ ਮੈਂਬਰਸ਼ਿਪ ਤਾਂ ਦਿੱਤੀ ਜਾ ਰਹੀ ਹੈ ਲੇਕਿਨ ਇਹ ਨਹੀਂ ਦੇਖਿਆ ਜਾ ਰਿਹਾ ਕਿ ਮੈਂਬਰਸ਼ਿਪ ਲੈਣ ਵਾਲਾ ਕੌਣ ਹੈ ਆਉਣ ਵਾਲਾ ਸਮੇਂ ਸਿੱਖ ਕੌਮ ਵਾਸਤੇ ਮੈਂ ਕਵਾਂਗਾ ਕਿ ਸਮਾ ਦਾ ਬਹੁਤ ਖਰਾਬ ਚੱਲ ਰਿਹਾ ਆਪਣੀ ਖਾਸ ਕਰਕੇ ਸਿੱਖ ਕੌਮ ਵਾਂਗ ਤੇ ਲੇਕਿਨ ਆਉਣ ਵਾਲਾ ਸਮੇਂ ਉਹ ਉਹ ਲੋਕਾਂ ਨੇ ਗੁਰੂ ਘਰਾਂ ਦਾ ਵੀ ਸਮਾ ਇਸ ਤਰ੍ਹਾਂ ਦਾ ਕਰ ਦੇਣਾ ਕਿ ਜਿਹੜਾ ਦੇਖਣ ਤੋਂ ਵੀ ਬਰਦਾਸ਼ਤ ਕਰਨ ਤੋਂ ਵੀ ਇਤਵਾਰ ਹੋ ਜਾਏ ਗੁਰੂ ਘਰ ਸਭ ਦਾ ਸੰਘ ਹੈ ਉਸ ਗੁਰੂ ਘਰ ਦੇ ਚ ਆ ਕੋਈ ਵੀ ਸਕਦਾ ਲੇਕਿਨ ਮੈਂਬਰਸ਼ਿਪ ਦਾ ਹੱਕ ਗੁਰੂ ਘਰ ਦੇ ਵਿੱਚ ਸਿਰਫ ਉਹ ਲੋਕਾਂ ਨੂੰ ਹੈ ਜਿਹੜੇ ਅੰਮ੍ਰਿਤਧਾਰੀ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਨਾ ਦਾੜੀ ਕੱਟਦੇ ਹੋਣ ਤੇ ਨਾ ਰੰਗਦੇ ਹੋਣ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بڑے ਵੱਡੇ ਵੱਡੇ ਕਪਲੇ ਤੁਸੀਂ ਸੁਨੇ ਹੋਣਗੇ ਕਈ ਕਮੇਟੀਆਂ ਦੇ ਖੁਲਾਸੇ ਸੋਸ਼ਲ ਮੀਡੀਆ ਰਾਹੀਂ ਅਤੇ ਨਿਊਜ਼ ਰਾਹੀਂ ਸੰਗਤ ਦੇ ਸਾਹਮਣੇ ਉਜਾਗਰ ਕੀਤੇ ਗਏ ਨੇ ਅਕਸਰ ਦੇਖਣ ਨੂੰ ਮਿਲਦਾ ਕਿ ਗੁਰੂ ਘਰਾਂ ਦੇ ਵਿੱਚ ਕਪਲੇਬਾਜ਼ੀਆਂ ਚਲਦੀਆਂ ਪਈਆਂ ਉਈ ਸਮਾਂ ਹੁੰਦਾ ਸੀ ਜਦੋਂ ਇਹ ਗੱਲ ਕਹੀ ਸੀ ਗੁਰੂ ਸਾਹਿਬ ਕਹਿੰਦੇ ਸਨ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਲੇਕਿਨ ਅੱਜ ਦਾ ਸਮਾਂ ਇਹ ਆ ਗਿਆ ਕਿ ਪ੍ਰਬੰਧਕ ਕਹਿੰਦੇ ਨੇ ਗੁਰੂ ਦੀ ਗੋਲਕ ਤੇ ਪ੍ਰਬੰਧਕਾਂ ਦਾ ਟਿੱਡ ਹਾਲਾਤ ਇਹੋ ਜੇ ਬਣ ਚੁੱਕੇ ਨੇ ਕਿ ਗੁਰੂ ਘਰ ਜਿਹੜੇ ਖੁੱਲੇ ਗਏ ਹੋਏ ਨੇ ਜਿੱਥੇ ਸੰਗਤਾਂ ਆਪਣੀਆਂ ਮੁਰਾਦਾ ਮੰਗਣ ਜਾਂਦੀਆਂ ਸੰਗਤਾਂ ਆਪਣੀ ਨੇਕ ਕਮਾਈ ਦੀ ਦਸਵੰਧ ਉਸ ਗੋਲਕ ਵਿੱਚ ਪਾਉਂਦੀਆਂ ਨੇ ਤਾਂ ਕਿ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੋਣ ਉਸ ਗੁਰੂ ਘਰ ਦੇ ਵਿੱਚ ਹਿੱਸਾ ਪਾਉਂਦੇ ਜੋ ਗੁਰੂ ਘਰ ਦੇ ਵਿੱਚ ਕਾਰਜ ਚੱਲਦੇ ਪੈਨੇ ਗੁਰੂ ਕੇ ਲੰਗਰ ਚੱਲਦੇ ਪੈਨੇ ਉਹ ਚੀਜ਼ਾਂ ਦੇ ਵਿੱਚ ਆਪਣਾ ਹਿੱਸਾ ਕਿਸੇ ਨਾ ਕਿਸੇ ਬਹਾਨੇ ਨਾਲ ਗੋਲਕ ਵਿੱਚ ਪਾਇਆ ਜਾਂਦਾ ਵੇ ਹਰ ਬੰਦਾ ਆਪਣੀ ਇੱਛਾ ਅਨੁਸਾਰ ਕੁਛ ਨਾ ਕੁਛ ਭੇਟਾ ਗੁਰੂ ਚਰਨਾਂ ਦੇ ਵਿੱਚ ਅਰਪਿਤ ਕਰਕੇ ਆਂਦਾ ਹੈ ਲੇਕਿਨ ਪ੍ਰਬੰਧਕਾਂ ਨੇ ਉਸ ਅਰਪਿਤ ਕੀਤੀ ਹੋਈ ਮਾਇਆ ਦਾ ਕਿਸ ਤਰ੍ਹਾਂ ਇਸਤੇਮਾਲ ਕਰਦਾ ਉਹ ਸਿਰਫ ਪ੍ਰਬੰਧਕਾਂ ਨੂੰ ਪਤਾ ਹੁੰਦਾ ਹੈ ਨਾ ਕਦੀ ਸੰਗਤਾਂ ਕੋਲੋਂ ਸਲਾਹ ਲਈਤੀ ਜਾਂਦੀ ਹੈ ਨਾ ਸੰਗਤਾਂ ਕੋਲੋਂ ਪੁੱਛਿਆ ਜਾਂਦਾ ਹੈ ਲੇਕਿਨ ਪ੍ਰਬੰਧਕਾਂ ਨੇ ਉਹ ਮਾਇਆ ਨੂੰ ਆਪਣੇ ਹਿਸਾਬ ਨਾਲ ਖਰਚ ਕਰਨਾ ਆਪਣੇ ਹਿਸਾਬ ਨਾਲ ਸੰਗਤ ਨੂੰ ਦੱਸਣਾ ਇਸ ਤਰ੍ਹਾਂ ਦੀ ਹੀ ਇੱਕ ਘਟਨਾ ਇਸ ਤਰ੍ਹਾਂ ਦੀ ਨਜ਼ਰ ਨਿਕਲ ਕੇ ਆ ਰਹੀ ਏ ਜਿਹੜੀ ਕਿ ਰਾਜਸਥਾਨ ਜੈਪੁਰ ਤੋਂ ਸੰਘਾ ਜੀ ਇੱਕ ਹੈਰਾਨੀ ਜਨਕ ਉੱਥੇ ਦੀ ਘਟਨਾ ਜਿਹੜੀ ਮੇਰੀ ਨਜ਼ਰ ਵਿੱਚ ਆਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਤੱਕ ਕੀ ਹਾਲੇ ਤੱਕ ਮੈਂ ਗੁਰੂ ਘਰਾਂ ਦੇ ਬਾਰੇ ਜਾਣਕਾਰੀ ਲਿੱਤੀ ਜਾਂ ਗੁਰੂ ਘਰਾਂ ਦੇ ਵਿੱਚ ਜਿੱਥੇ ਕਿਤੇ ਕੋਈ ਬੇਦਬੀ ਹੁੰਦੀ ਹੈ ਜਾਂ ਪ੍ਰਬੰਧਕ ਗਲਤ ਕਰ ਦਿੰਦੇ ਨੇ ਜਿੱਥੇ ਵੀ ਅਸੀਂ ਜਾਣਦੇ ਆ ਲੇਕਿਨ ਇੰਨੀਆਂ ਵੱਡੀਆਂ ਘਟਨਾਵਾਂ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਇੱਕ ਪਹਿਲੀ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਮੈਂ ਖੁਦ ਸੁਣ ਕੇ ਹੈਰਾਨ ਰਹਿ ਗਿਆ ਕਿ ਯਾਰ ਪ੍ਰਬੰਧਕ ਇਸ ਹੱਦ ਤੱਕ ਗਿਰ ਸਕਦੇ ਨੇ ਸਿਰਫ ਆਪਣੀ ਪ੍ਰਧਾਨਗੀ ਦੀ ਕੁਰਸੀ ਨੂੰ ਬਚਾਉਣ ਵਾਸਤੇ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਮੈਨੂੰ ਜੈਪੁਰ ਤੋਂ ਫੋਨ ਆਂਦਾ तकरीबन 1.5 2 ਮਹੀਨਾ ਪਹਿਲਾਂ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਸ ਵੀਡੀਓ ਨੂੰ ਇਸ ਮੁੱਦੇ ਨੂੰ ਮੈਂ ਸੋਸ਼ਲ ਮੀਡੀਆ ਵਿੱਚ ਨਾ ਲੈ ਕੇ ਆਵਾਂ ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਗੁਰੂ ਘਰ ਦੀ ਕੋਈ ਗੱਲ ਕਰਦੇ ਆਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰਦੀ ਹੈ ਜਿਹੜੀ ਸੰਗਤ ਦੇ ਸਾਹਮਣੇ ਰੱਖੇ ਤੇ ਉਹਦੇ ਵਿੱਚ ਕਈ ਬੰਦੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਲੋਕ ਮਜ਼ਾਕ ਵੀ ਉਡਾਉਂਦੇ ਨੇ ਕਿ ਸਿੱਖਾਂ ਸਿੱਖਾਂ ਜਿਸ ਤਰ੍ਹਾਂ ਸਿੱਖ ਸੇਵਾ ਕਰਨ ਵਿੱਚ ਅੱਗੇ ਨੇ ਤੇ ਉਸ ਤਰ੍ਹਾਂ ਹੀ ਗੁਰੂ ਘਰਾਂ ਦੇ ਵਿੱਚ ਕਬਜ਼ੇ ਕਰਨ ਵਿੱਚ ਵੀ ਅੱਗੇ ਨੇ ਅਗਰ ਵਾਕਈ ਹਰ ਬੰਦਾ ਇਹ ਸੋਚ ਰਿਹਾ ਕਿ ਵੀ ਮੈਂ ਤਾਂ ਸਿਰਫ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਸਤੇ ਜਾਂਦਾ ਜੀ ਮੈਂ ਤਾਂ ਕਬਜ਼ਾ ਨਹੀਂ ਕੀਤਾ ਆ ਤੇ ਫਿਰ ਗੁਰੂ ਘਰ ਛੱਡਣ ਵਿੱਚ ਉਹਨਾਂ ਨੂੰ ਦਿੱਕਤ ਕਿਉਂ ਪਰੇਸ਼ਾਨੀ ਕਿਉਂ ਜਦੋਂ ਕੋਈ ਬੰਦਾ ਕੋਈ ਜ਼ਬਰਦਸਤੀ ਕੇ ਕੁਰਸੀ ਤੇ ਬੈਠਾ ਰਵੇ ਇਸ ਦਾ ਮਤਲਬ ਹੈ ਇਹ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਲਾਲਚ ਉਹਦੇ ਮਨ ਦੇ ਵਿੱਚ ਵਸੀ ਹੋਈ ਹੈ ਸੰਗਤ ਜੀ ਗੱਲ ਕਰਾਂਗੇ ਜੈਪੁਰ ਦੇ ਮਾਨ ਸਰੋਵਰ ਪਥ ਗੁਰੂ ਘਰ ਦੀ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਉਸ ਗੁਰੂ ਘਰ ਦੀ ਤਸਵੀਰ ਹੈ ਜਿੱਥੇ ਦੀ ਘਟਨਾ ਮੈਂ ਤੁਹਾਡੇ ਨਾਲ ਸਮਝੀ ਕਰਨ ਜਾ ਰਿਹਾ ਇੱਕ ਇਹੋ ਜੀ ਰੀਤ ਇਸ ਗੁਰੂ ਘਰ ਨੇ ਸ਼ੁਰੂ ਕਰ ਦਿੱਤੀ ਜਿਹੜੀ ਰੀਤ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਪੂਰੇ ਮੈਂ ਕਹਿੰਦਾ ਸੰਸਾਰ ਦੇ ਵਿੱਚ ਪੂਰੇ ਜਿੱਥੇ ਜਿੱਥੇ ਗੁਰੂ ਘਰ ਨੇ ਉਹ ਸਾਰੇ ਗੁਰੂ ਘਰਾਂ ਦੇ ਵਿੱਚ ਇੱਕ ਖਤਰੇ ਦੀ ਘੰਟੀ ਪੈਦਾ ਕਰ ਦਿੱਤੀ ਮਾਨਸਰੋਵਰ ਪੱਥ ਗੁਰਦੁਆਰੇ ਦੀ ਕਮੇਟੀ ਨੇ ਆਪਣੇ ਕਬਜ਼ੇ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਇੱਕ ਮੈਂਬਰਸ਼ਿਪ ਦੀ ਮੁਹਿੰਮ ਚਲਾਤੀ ਸੰਗਤ ਜੀ ਮੈਂ ਇਸ ਗੁਰੂ ਘਰ ਦੇ ਪ੍ਰਧਾਨ ਨੂੰ ਕੁਲਤਾਰ ਸਿੰਘ ਦੁਆ ਨੂੰ ਫੋਨ ਕਰਕੇ ਆਪ ਗੱਲ ਕੀਤੀ ਔਰ ਸਮਝਾਇਆ ਕਿ ਵੀ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਕੰਮ ਸਿੱਖ ਕੌਮ ਨੂੰ ਬਦਨਾਮੀ ਦੀ ਤਰਫ ਲੈ ਕੇ ਜਾਏਗਾ ਗੁਰੂ ਘਰ ਦੇ ਵਿੱਚ ਸਿਰਫ ਕਬਜੇ ਕਰਵਾਏਗਾ ਇਸ ਤੋਂ ਇਲਾਵਾ ਕੁਝ ਨਹੀਂ ਕਰਾਏਗਾ ਤੁਹਾਨੂੰ ਬੇਨਤੀ ਏ ਕਿ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਜਾਏ ਕਿ ਸਾਨੂੰ ਸੋਸ਼ਲ ਮੀਡੀਆ ਤੇ ਇਹਦੇ ਵਾਸਤੇ ਸੰਗਤ ਨੂੰ ਜਾਗਰੂਕ ਕਰਨਾ ਪੈ ਜਾਏ ਜਦੋਂ ਡੇਢ ਮਹੀਨਾ ਮੇਰੀ ਪਹਿਲੇ ਗੱਲ ਹੋਈ ਤੇ ਕੁਲਤਾਰ ਸਿੰਘ ਦੁਆ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੈਂ ਅਤੇ ਪ੍ਰਧਾਨਗੀ ਚਾਹਦਾ ਹੀ ਨਹੀਂ ਆ ਮੈਂ ਤੇ ਇਹ ਚੀਜ਼ ਛੱਡਣਾ ਚਾਹੁੰਦਾ ਵਾਂ ਇਸੇ ਕਰਕੇ ਮੈਂ ਇਲੈਕਸ਼ਨ ਕਰਨ ਜਾ ਰਿਹਾ ਤੇ ਮੈਂ ਇਹ ਚੀਜ਼ ਚਾਹਦਾ ਨਹੀਂ ਮੈਂ ਇਹਨੂੰ ਖਤਮ ਕਰ ਦਾਂਗਾ ਔਰ ਤੁਹਾਡੀ ਗੱਲ ਮੰਨਾਂਗਾ ਅੱਜ ਫਿਰ ਮੈਨੂੰ ਜਦੋਂ ਫੋਨ ਆਉਂਦਾ ਤੇ ਮੇਰੇ ਵੀਰ ਮੈਨੂੰ ਦੱਸਦੇ ਨੇ ਕਿ ਉੱਥੇ ਉਹ ਮੁਹਿੰਮ ਬੰਦ ਨਹੀਂ ਕੀਤੀ ਗਈ ਤੁਹਾਡੇ ਨਾਲ ਮੈਂ ਤਸਵੀਰਾਂ ਸਾਂਝੀਆਂ ਕਰਦਾ ਪਿਆ ਜਿਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ 1 ਸਾਲ ਦੀ ਅਗਰ ਤੁਸੀਂ ਮੈਂਬਰਸ਼ਿਪ ਲੈਣੀ ਹੈ ਤੇ ਤੁਹਾਨੂੰ 1000 ਰੁਪਏ ਪੇ ਕਰਨਾ ਪਏਗਾ ਗੁਰੂ ਘਰ ਦੀ ਮੈਂਬਰਸ਼ਿਪ ਵਾਸਤੇ ਅਗਰ ਤੁਸੀਂ ਲਾਈਫਟਾਈਮ ਉਸ ਗੁਰੂ ਘਰ ਦੀ ਮੈਂਬਰਸ਼ਿਪ ਲੈਣੀ ਹੈ ਤੇ ਤੁਹਾਨੂੰ 5000 ਰੁਪਿਆ ਪੇ ਕਰਨਾ ਪਏਗਾ ਮਾਨਸਰੋਵਰ ਪਥ ਗੁਰਦੁਆਰਾ ਕਮੇਟੀ ਨੂੰ ਇਸ ਵੀਡੀਓ ਰਾਹੀਂ ਮੈਂ ਸੰਗਤ ਨੂੰ ਜਾਗਰੂਕ ਕਰ ਰਿਹਾ ਹਾਂ ਵੀ ਹੁਣ ਉਸ ਗੁਰੂ ਘਰ ਦੀ ਮੈਂਬਰਸ਼ਿਪ ਵਾਸਤੇ ਇਹ ਕਿਤੇ ਵੀ ਨਹੀਂ ਲਿਖਿਆ ਕਿ ਜਿਹੜਾ ਬੰਦਾ ਮੈਂਬਰਸ਼ਿਪ ਲਵੇ ਉਹ ਅਮਰਤ ਧਾਰੀ ਹੋਣਾ ਚਾਹੀਦਾ ਜਾਂ ਕਿਸ ਸਾਧਾਰੀ ਸਿੱਖ ਹੋਣਾ ਚਾਹੀਦਾ ਹੈ ਜਾਂ ਗੁਰੂ ਘਰ ਨੂੰ ਸਮਰਪਿਤ ਬੰਦਾ ਹੋਣਾ ਚਾਹੀਦਾ ਹੈ ਇਹ ਮੈਂਬਰਸ਼ਿਪ ਦਾ ਮਤਲਬ ਹੈ ਵੀ ਕੋਈ ਵੀ ਬੰਦਾ ਕੋਈ ਵੀ ਬੰਦੇ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕੋਈ ਵੀ ਬੰਦਾ ਉਸ ਗੁਰੂ ਘਰ ਦੀ ਮੈਂਬਰਸ਼ਿਪ ਲੈ ਸਕਦਾ ਹੈ 5000 ਰੁਪਿਆ ਦਵੇ ਤੇ ਮੈਂਬਰਸ਼ਿਪ ਲੈ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਉਹ 5000 ਰੁਪਏ ਦੇ ਨਾਲ ਆਪਣੇ ਵੱਦ ਤੋਂ ਵੱਧ ਮੈਂਬਰ ਬਣਾ ਕੇ ਪਰਮਾਨੈਂਟ ਉਸ ਗੁਰੂ ਘਰ ਦੇ ਵਿੱਚ ਕਬਜ਼ਾ ਕਰਕੇ ਬੈਠ ਸਕਦਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਉੱਥੇ ਕਰਤਾਰ ਸਿੰਘ ਦੁਆ ਹੀ ਬੈਠਾ ਰਹੇਗਾ। ਨਾ ਜੀ ਨਾ। ਕਰਤਾਰ ਸਿੰਘ ਦੁਆ ਨੇ ਇੱਕ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ ਤੀ ਕਿ ਕੋਈ ਵੀ ਬੰਦਾ ਆ ਕੇ ਉੱਥੇ ਮੈਂਬਰਸ਼ਿਪ ਲਵੇ 5000 ਦਾ 50000 ਰੁਪਇਆ ਕਰ ਦੇਗਾ ਤੇ ਉੱਥੇ ਦਾ ਮੁਖੀਆ ਬਣ ਕੇ ਬੈਠ ਜਾਏਗਾ ਉਸ ਗੁਰੂ ਘਰ ਦਾ ਜਿਸ ਗੁਰੂ ਘਰ ਦੀ ਮਰਿਆਦਾ ਵਾਸਤੇ ਕਈ ਜੱਥੇਬੰਦੀਆਂ ਆਪਣਾ ਘਰ-ਬਾਰ ਗਵਾ ਕੇ ਉਸ ਮੁਹਿੰਮ ਨੂੰ ਚਲਾਉਂਦੀਆਂ ਪਈਆਂ ਨੇ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਕਾਇਮ ਰਵੇ ਇੱਥੋਂ ਤੱਕ ਕਿ ਇੱਥੇ ਦੇਖਣ ਨੂੰ ਮਿਲਿਆ ਕਿ ਇਸ ਗੁਰੂ ਘਰ ਦੇ ਵਿੱਚ ਕੋਈ ਵੀ ਬੰਦਾ ਜਿਹਦੇ ਜਿੰਨੇ ਭਾਵੇਂ ਨਸ਼ਾ ਕੀਤਾ ਹੋਏ ਜਿੰਨੇ ਭਾਵੇਂ ਤੰਬਾਕੂ ਮੂੰਹ 'ਚ ਭਰਿਆ ਹੋਏ ਉਸ ਬੰਦੇ ਨੂੰ ਵੀ ਇਸ ਗੁਰੂ ਘਰ ਦੇ ਵਿੱਚ ਕਮਰਾ ਕਿਰਾਏ ਤੇ ਦਿੱਤਾ ਜਾਂਦਾ 500 ਰੁਪਏ ਵਿੱਚ ਜਿਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਬੰਦਿਆਂ ਨੇ ਇਸ ਗੁਰੂ ਘਰ ਦੇ ਵਿੱਚ ਮਰਿਆਦਾ ਕਾਇਮ ਰੱਖਣੀ ਹੈ ਜਾਂ ਨਹੀਂ ਰੱਖਣੀ ਫਿਰ ਬਾਅਦ ਚ ਸਾਡੇ ਕਈ ਸਿੱਖ ਵੀਰ ਇਸ ਗੱਲ ਨੂੰ ਓਬਜੈਕਸ਼ਨ ਕਰਦੇ ਨੇ ਕਿ ਮਰਿਆਦਾ ਦੀਆਂ ਧੱਜੀਆਂ ਉੱਡ ਗਈਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋ ਗਈ ਜਦੋਂ ਤੁਸੀਂ ਕੇ ਬੰਦੇ ਦੀ छानबीन ਨਹੀਂ ਕਰੋਗੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਗਈਆਂ ਹੀ ਹੋਣ ਗਿਆ ਮੇਰੇ ਵੀਰ ਮੈਂ ਸੰਗਤ ਜੀ ਬੇਨਤੀ ਕਰਦਾ ਚਾਹਾਂਗਾ ਕਿ ਮੇਰਾ ਇੱਕ ਵੀਰ ਟੀਮਾ ਜੀ ਰਾਜਸਥਾਨ ਤੋਂ ਬੜੇ ਮਾਨ ਨਾਲ ਮੈਂ ਗੱਲ ਕਰਦਾ ਹੁੰਨਾ ਔਰ ਜਿਹੜੇ ਵੀਰ ਨੇ ਮੈਨੂੰ ਸਾਰੀਆਂ ਗੱਲਾਂ ਦੱਸਿਆ ਮੈਂ ਉਹਨੂੰ ਵੀ ਕਿਹਾ ਕਿ ਟੀਮਾ ਜੀ ਨਾਲ ਸੰਪਰਕ ਕਰੋ ਤਿਮਾ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਬੰਨ ਕੇ ਆਪਣੇ ਕਿ ਇਸ ਮੈਟਰ ਦੇ ਵਿੱਚ ਆਪ ਇੰਟਰਫੇਅਰ ਕਰੋ ਤੇ ਇਸ ਗੁਰੂ ਘਰ ਦੇ ਵਿੱਚ ਜਿਹੜੀ ਉਲੰਘਣਾ ਚੱਲ ਰਹੀ ਹੈ ਮੈਂਬਰਸ਼ਿਪ ਦੀ ਖਾਸ ਕਰਕੇ ਮੈਂਬਰਸ਼ਿਪ ਵੀ 1000 ਰੁਪਏ ਤੇ 5000 ਰੁਪਏ ਅਗਰ ਕਿਸੇ ਘਰ ਦਾ ਖਰਚਾ ਹੀ 5000 ਰੁਪਏ ਦੇ ਵਿੱਚ ਚੱਲਦਾ ਆਏਗਾ ਤੇ ਇਸ ਦਾ ਮਤਲਬ ਉਹ ਗੁਰੂ ਘਰ ਦਾ ਮੈਂਬਰ ਨਹੀਂ ਬਣ ਸਕਦਾ ਜਿਹੜੇ ਬੰਦੇ ਕੋਲ ਸਮਰੱਥਾ ਹੈ ਜਿਸ ਗੁਰੂ ਘਰ ਨੂੰ ਚਲਾਉਣ ਵਾਸਤੇ ਉਹ ਆਪਣੀ ਜੇਬ ਚੋਂ ਪੈਸਾ ਭਰਦਾ ਹੈ ਉਸ ਗੁਰੂ ਘਰ ਦੀ ਪ੍ਰਬੰਧਕੀ ਦੇ ਉੱਤੇ ਡੇਰਾ ਜੁਮਾ ਕੇ ਬਹਿ ਜਾਂਦਾ ਤੇ ਆਪਣੀ ਮਰਜ਼ੀ ਦੇ ਬੰਦਿਆਂ ਨੂੰ ਛਾਂਟ ਕੇ ਮੈਂਬਰ ਬਣਾ ਦਿੰਦਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਮੈਂ ਇਸ ਮੁੱਦੇ ਦੇ ਉੱਤੇ ਵੀਡੀਓ ਨਹੀਂ ਪਾਣਾ ਚਾਹੁੰਦਾ ਲੇਕਿਨ ਮਜਬੂਰਨ ਪਾਣੀ ਪੈ ਰਹੀ ਹੈ ਕਿਉਂਕਿ ਤੁਸੀਂ ਡਾਕੂਮੈਂਟ ਦੇਖ ਰਹੇ ਹੋ ਸਾਰੇ ਰਸੀਦਾਂ ਵੇਖ ਰਹੇ ਹੋ ਜਿਦੇ ਵਿੱਚ ਕਿ ਇੱਕ ਮੈਂਬਰਸ਼ਿਪ ਤਾਂ ਦਿੱਤੀ ਜਾ ਰਹੀ ਹੈ ਲੇਕਿਨ ਇਹ ਨਹੀਂ ਦੇਖਿਆ ਜਾ ਰਿਹਾ ਕਿ ਮੈਂਬਰਸ਼ਿਪ ਲੈਣ ਵਾਲਾ ਕੌਣ ਹੈ ਆਨ ਵਾਲਾ ਸਮੇ ਸਿੱਖ ਕੌਮ ਵਾਸਤੇ ਮੈਂ ਕਵਾਂਗਾ ਸਮਾਂ ਤੇ ਬਹੁਤ ਖਰਾਬ ਚੱਲ ਰਿਹਾ ਆਪਣੀ ਖਾਸ ਕਰਕੇ ਸਿੱਖ ਕੌਮ ਵਾਸਤੇ ਲੇਕਿਨ ਆਉਣ ਵਾਲਾ ਸਮੇਂ ਉਹ ਉਹ ਲੋਕਾਂ ਨੇ ਗੁਰੂ ਘਰਾਂ ਦਾ ਵੀ ਸਮਾਂ ਇਸ ਤਰ੍ਹਾਂ ਦਾ ਕਰ ਦੇਣਾ ਕਿ ਜਿਹੜਾ ਦੇਖਣ ਤੋਂ ਕੀ ਬਰਦਾਸ਼ਤ ਕਰਨ ਤੋਂ ਵੀ ਬਾਹਰ ਹੋ ਜਾਏਗਾ ਗੁਰੂ ਘਰਾਂ ਦੇ ਵਿੱਚ ਕਬਜ਼ੇ ਹੋਣੇ ਸ਼ੁਰੂ ਹੋ ਜਾਣਗੇ ਜਿਸ ਤਰੀਕੇ ਨਾਲ ਮਾਂਸ ਰੋਹਰ ਪਤ ਗੁਰੂ ਘਰ ਦੇ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਮੁਹਿੰਮ ਨਾ ਰੁਕੀ ਗਈ ਆਉਣ ਵਾਲੇ ਸਮੇਂ 'ਚ ਸਾਰੀਆਂ ਸਿੰਘ ਸੁਭਾਵਾਂ ਸਾਰੇ ਗੁਰੂ ਘਰਾਂ ਵਿੱਚ ਇਹੀ ਮੁਹਿੰਮਾਂ ਚੱਲਣਗੀਆਂ ਜਿਹਦਾ ਵਿਰੋਧ ਕਰਨਾ ਮੁਸ਼ਕਿਲ ਹੋ ਜਾਏਗਾ ਜੇ ਇਹ ਜੇਨਾ ਮਕੇਲ ਕੱਸੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਹੋਣ ਵਾਲੀ ਹੈ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਮੇਰੇ ਵੀਰ ਮੇਰੇ ਨਾਲ ਜਿਹੜੇ ਰਾਜਸਥਾਨ ਅਲਵਰ ਜੈਪੁਰ ਤੋਂ ਮੇਰੇ ਨਾਲ ਜੁੜੇ ਹੋਣੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਇਹ ਕਿ ਕੱਟ ਕਰਕੇ ਇਸ ਕਮੇਟੀ ਦੇ ਉੱਤੇ ਪ੍ਰੈਸ਼ਰ ਪਾਇਆ ਜਾਏ ਤੇ ਇਹ ਕੀਤਾ ਜਾਏ ਕਿ ਭਾਈ ਇਹ ਮੈਂਬਰਸ਼ਿਪ ਵਾਲੀ ਮੁਹਿੰਮ ਬੰਦ ਕੀਤੀ ਜਾਏ ਗੁਰੂ ਘਰ ਸਬਦਾ ਸਮਝਾ ਉਸ ਗੁਰੂ ਘਰ ਦੇ ਵਿੱਚ ਆ ਕੋਈ ਵੀ ਸਕਦਾ ਲੇਕਿਨ ਮੈਂਬਰਸ਼ਿਪ ਦਾ ਹੱਕ ਗੁਰੂ ਘਰ ਦੇ ਵਿੱਚ ਸਿਰਫ ਉਹ ਲੋਕਾਂ ਨੂੰ ਹੈ ਜਿਹੜੇ ਅਮਰਤ ਧਾਰੀ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਨਾ ਦਾੜੀ ਕੱਟਦੇ ਹੋਣ ਤੇ ਨਾ ਰੰਗਦੇ ਹੋਣ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਪਤਾ ਹੋਵੇ ਇਤਨੇ ਕਿ ਬੇਨਤੀ ਪ੍ਰਮਾਨ ਕਰਨੀ ਵੀਡੀਓ ਸ਼ੇਅਰ ਕਰਕੇ ਰਾਜਸਥਾਨ ਦੇ ਵੀਰਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਅਸੀਂ ਇਸ ਗਲਤ ਮੁਹਿੰਮ ਜਿਹੜੀ ਚੱਲ ਰਹੀ ਹੈ ਨੂੰ ਰੋਕਣ ਵਿੱਚ ਕਾਮਯਾਬ ਹੋ ਸਕੀਏ ਐਸੀ ਸੰਗਤ ਜੀ ਅੱਜ ਦੀ ਅਪਡੇਟ ਦਿਓ ਅਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ